ਮੈਂ ਮੰਗਲ ਸਿੰਘ, ਪਿੰਡ ਜੱਖ ਜੁਗਿਆਲ ਤੋਂ। ਮੇਰੇ ਨਾਲ ਲਗਭਗ 21-3 ਨੂੰ 1.5 ਲੱਖ ਰੁਪਏ ਦਾ ਫਰਾਡ ਹੋਇਆ ਸੀ, ਜਿਸ ਤੋਂ ਮੈਂ ਤੁਰੰਤ ਹੀ SSP ਪਠਾਨਕੋਟ ਸਾਈਬਰ ਸੈੱਲ ਦੇ ਵਿੱਚ ਆ ਕੇ ਉਹਨਾਂ ਨਾਲ ਮਿਲਿਆ, ਅਤੇ ਜਿਸ ਦੇ ਵਿੱਚ 1930 ਨੰਬਰ 'ਤੇ ਕਾਲ ਕੀਤੀ। ਇਸ ਦੀ SSP ਸਾਹਿਬ ਦੀ ਜੋ ਸਾਈਬਰ ਕ੍ਰਾਈਮ ਦੀ ਟੀਮ ਹੈ, ਉਹਨਾਂ ਨੇ ਆਪਣੀ ਸੂਝਬੂਝ ਦੇ ਨਾਲ ਜੋ ਹੈ ਮੇਰਾ ਕੋਲ ਡੇਢ ਲੱਖ ਰੁਪਏ ਦਾ ਫਰਾਡ ਹੋਇਆ ਸੀ, ਉਸ ਨੂੰ ਅੱਜ 5 ਤਰੀਕ ਨੂੰ ਵਾਪਸ ਕਰਵਾ ਦਿੱਤਾ ਹੈ, ਜੋ ਬਿਲਕੁਲ ਸਹੀ ਸੇਫ ਮੇਰੇ ਅਕਾਊਂਟ ਵਿੱਚ ਆ ਗਏ ਨੇ। ਮੈਂ SSP ਸਾਹਿਬ ਦਾ ਅਤੇ ਉਹਨਾਂ ਦੀ ਸਾਈਬਰ ਸੈੱਲ ਦੀ ਟੀਮ ਦਾ ਬਹੁਤ ਬਹੁਤ ਧੰਨਵਾਦੀ ਹਾਂ, ਅਤੇ ਬਾਕੀ ਲੋਕਾਂ ਨੂੰ ਇਹੀ ਅਪੀਲ ਕਰਦਾ ਹਾਂ, ਕਿਸੇ ਨਾਲ ਵੀ ਅਗਰ ਇਹੋ ਜਿਹੀ ਕੋਈ ਗਲਤੀ ਨਾਲ ਫਰਾਡ ਹੋ ਜਾਂਦਾ ਹੈ ਤਾਂ ਉਹ ਤੁਰੰਤ ਹੀ 1930 'ਤੇ ਕਾਲ ਕਰਨ, ਜਾਂ ਫਿਰ SSP ਸਾਹਿਬ ਦੇ ਦਫ਼ਤਰ ਬਣਾਇਆ ਹੋਇਆ ਜੋ ਸਾਈਬਰ ਸੈੱਲ ਹੈ ਉੱਥੇ ਆ ਕੇ ਮਿਲਣ। ਜਲਦੀ ਹੀ ਜਿੱਥੇ ਇਹ ਜੋ ਆਪਣਾ ਫਰਾਡ ਹੋਇਆ ਹੋਇਆ ਉਹਨੂੰ ਵਾਪਸ ਕੀਤਾ ਜਾ ਸਕਦਾ ਹੈ ਜੀ। ਧੰਨਵਾਦ, ਮਿਹਰਬਾਨੀ ਜੀ।